ਮੇਰਾ ਖਿਆਲ ਹੈ ਕਿ ਅਵਾਇਡ ਕਰਦਾ ਸੀਗਾ ਕਿ ਇਹ ਜਿਹੜੀ ਬੜੀ ਨੀਵੇਂ ਪੱਧਰ ਦੀ ਰਾਜਨੀਤੀ, ਉੱਚੀ ਰਾਜਨੀਤੀ ਔਰ ਨੀਚ ਰਾਜਨੀਤੀ, ਵੀ ਇਹਦੇ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਾਂ। ਮੈਂ ਬੜੀ ਮੀਡੀਆ ਦੇ ਜ਼ਰੀਏ ਇਹ ਰਿਕੁਐਸਟ ਵੀ ਕੀਤੀ ਵੀ ਇੱਦਾਂ ਦੀ ਰਾਜਨੀਤੀ ਸ਼ੋਭਾ ਨਹੀਂ ਦਿੰਦੀ, ਮੁੱਦਿਆਂ ਦੀ ਰਾਜਨੀਤੀ ਕਰੋ ਤੁਸੀਂ। ਔਰ ਸਤਿਕਾਰਯੋਗ ਰਵਨੀਤ ਬਿੱਟੂ ਜੀ, ਤੁਹਾਡੇ ਵੀਰ ਤੁਸੀਂ 3 ਵਾਰ ਦੇ ਪਾਰਲੀਮੈਂਟ ਦੇ ਮੈਂਬਰ ਹੋ ਔਰ ਤੁਸੀਂ ਵਾਰ ਵਾਰ ਇਉਂ ਮਹਿਸੂਸ ਹੋ ਰਿਹਾ ਵੀ ਤੁਹਾਡੇ ਕੋਲ ਕੋਈ ਹੋਰ ਮੁੱਦਾ ਨਹੀਂ ਹੈਗਾ, ਤੁਸੀਂ ਵਾਰ ਵਾਰ ਇੱਕੋ ਮੁੱਦੇ ਨੂੰ ਫੋਕਸ ਕਰਨ ਦਾ ਯਤਨ। ਮੈਂ ਉਹਦੇ ਜਵਾਬ ਦੇਣ ਵਾਸਤੇ ਲਾਈਵ ਹੋਇਆ, ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ ਵੀ ਤੁਸੀਂ ਬੀਜੇਪੀ 'ਚ ਜਾਣ ਤੋਂ ਬਾਅਦ ਮੇਰੇ ਨਾਲ ਕਿੰਨੀ ਦੇਰ ਰਾਬਤੇ 'ਚ ਰਹੇ, ਕਿੰਨੀਆਂ ਤੁਸੀਂ ਮੈਨੂੰ ਫੋਨ ਕਾਲ ਕੀਤੀਆਂ, ਬੀਜੇਪੀ ਦੇ ਲੀਡਰ ਨੇ ਫੋਨ ਕਾਲ ਕੀਤੀਆਂ, ਕਾਮਨ ਦੋਸਤਾਂ ਨੇ ਜਿਹੜੇ ਤੁਹਾਡੇ ਵੀ ਦੋਸਤ ਹੈ ਮੇਰੇ ਵੀ ਦੋਸਤ, ਉਹਨਾਂ ਨੇ ਫੋਨ ਕਾਲ ਕੀਤੀਆਂ, ਮੇਰੇ ਕੋਲ ਸਾਰਾ ਉਹ ਫੋਨ ਦੀ ਰਿਕਾਰਡਿੰਗ ਹੈਗੀ ਆ। ਅੱਜ ਤੁਸੀਂ ਨਹੀਂ ਟੜੇ, ਨਹੀਂ ਹਟੇ, ਮੈਨੂੰ ਅੱਜ ਦੁੱਖ ਤੇ ਅਫਸੋਸ ਦੇ ਨਾਲ ਤੁਹਾਡੀ ਉਹ ਆਡੀਓ ਜਿਹੜੀ ਤੁਸੀਂ ਮੇਰੇ ਨਾਲ ਫੋਨ ਤੇ ਗੱਲ ਕੀਤੀ, ਅੱਜ ਮੈਂ ਉਹ ਪਬਲਿਕ ਕਰ ਦਿੰਦਾ। ਮਕਸਦ ਮੇਰਾ ਤਾਂ ਕਿ ਸੱਚਾਈ ਤਾਂ ਲੋਕਾਂ ਤੱਕ ਜਾਵੇ ਕਿ ਤੁਸੀਂ ਉਸ ਆਡੀਓ ਦੇ ਵਿੱਚ ਕਾਂਗਰਸ ਤੋਂ ਚਲੇ ਗਏ, ਕਾਂਗਰਸ ਪਾਰਟੀ ਦੇ ਲੀਡਰਾਂ ਨੂੰ ਤਾਂ ਮਾੜਾ ਚੰਗਾ ਬੋਲਣਾ ਹੀ ਆ, ਤੇ ਤੁਸੀਂ ਬੀਜੇਪੀ ਦੇ ਲੀਡਰਾਂ ਨੂੰ ਵੀ ਮਾੜਾ ਚੰਗਾ ਬੋਲ ਰਹੇ ਹੋ। ਲੋਕਾਂ ਨੂੰ ਪਤਾ ਤਾਂ ਲੱਗਣਾ ਚਾਹੀਦਾ ਵੀ ਤੁਸੀਂ ਇਹ ਕਰਤੂਤ ਕਿਉਂ ਕਰ ਰਹੇ ਹੋ, ਤੇ ਤੁਸੀਂ ਲੇਲੜੀਆਂ ਕੱਢ ਰਹੇ ਹੋ ਲਿਟਰਲੀ ਮਿੰਤਾਂ ਤਰਲਿਆਂ ਵਾਲੀ ਤੁਸੀਂ ਉਹ ਆਡੀਓ ਕਿ ਬੈਂਸ ਮੇਰੀ ਮਦਦ ਕਰਦੇ। ਸੋ ਮੈਂ ਸਨਿਮਰ ਬੇਨਤੀ ਰਵਨੀਤ ਬਿੱਟੂ ਜੀ ਕਰੂੰਗਾ, ਜੇ ਤਾਂ ਸਿਮਰਜੀਤ ਬੈਂਸ ਆ ਜਾਂਦਾ ਤੁਹਾਡੇ ਨਾਲ ਜਿਵੇਂ ਤੁਸੀਂ ਗਿੜਗਿੜਾਉਂਦੇ ਸੀਗੇ, ਤੁਸੀਂ ਤਰਲੇ ਮਿੰਤਾਂ ਘੀਸੀ ਕਰਦੇ ਸੀ, ਫਿਰ ਤਾਂ ਮੈਂ ਸੀਗਾ ਪਾਕ ਸਾਫ ਸੱਚਾ ਸੁੱਚਾ ਅਗਲਾ ਭਗਤ। ਤੇ ਜੇ ਸਿਮਰਜੀਤ ਬੈਂਸ ਬਿੱਟੂ ਜੀ ਹੋਰਾਂ ਦੇ ਨਾਲ ਨਹੀਂ ਗਿਆ ਤੇ ਫਿਰ ਉਹ ਬਲਾਤਕਾਰੀ ਵੀ ਆ, ਉਹ ਬਿਜਲੀ ਚੋਰ ਵੀ ਆ, ਉਹ ਟੈਕਸ ਚੋਰ ਵੀ ਆ, ਉਹ ਜ਼ਮੀਨਾਂ ਜਾਇਦਾਦਾਂ ਦੇ ਕਬਜ਼ੇ ਕਰਨ ਵਾਲਾ ਵੀ, ਉਹ ਨਸ਼ਾ ਵੇਚਣ ਵਾਲਾ ਵੀ ਆ। ਸੋ ਮੈਂ 5-4 ਮਿੰਟ ਲੈਣੇ, ਬੜਾ ਲੰਬਾ ਲਾਈਵ ਨਹੀਂ ਕਰਨਾ। ਤੁਹਾਨੂੰ ਯਾਦ ਹੋਊਗਾ ਦੋਸਤੋ, ਸਰਦਾਰ ਗੁਰਕੀਰਤ ਸਿੰਘ ਤੁਹਾਡੇ ਛੋਟੇ ਭਰਾ ਆ, ਹੁਣ ਤੁਸੀਂ ਗੱਲਾਂ ਛੇੜ ਲਈਆਂ ਤੇ ਖੁਲਾਸਾ ਚੱਜ ਨਾਲ ਕਰ ਵੀ ਲਈਏ। ਅੱਜ ਸਰਦਾਰ ਗੁਰਕੀਰਤ ਸਿੰਘ ਹੋਰਾਂ ਨੂੰ ਜੱਗ ਜਾਣਦਾ, ਪੂਰੀ ਦੁਨੀਆ ਦੇ ਵਿੱਚ ਇਸ ਗੱਲ ਦਾ ਖੁਲਾਸਾ ਹੋਇਆ ਕਿ ਇੱਕ ਵਿਦੇਸ਼ੀ ਕੁੜੀ ਦੇ ਨਾਲ ਰੇਪ ਹੋਇਆ। ਜਿਹੜੀਆਂ ਗੱਲਾਂ ਅੱਜ ਤੁਸੀਂ ਮੇਰੇ ਮੁਤਲਕ ਬੋਲੀਆਂ, ਤੁਹਾਡਾ ਜਾਗਜਾਰ ਸੀਗਾ। ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ, ਮੇਰੇ ਰਾਜਨੀਤਿਕ ਕਰੀਅਰ ਨੂੰ ਖਤਮ ਕਰਨ ਲਈ, ਖਰਾਬ ਕਰਨ ਲਈ, ਦਾਗਦਾਰ ਕਰਨ ਲਈ ਇੱਕ ਫੈਬਰੀਕੇਸ਼ਨ ਖੜੀ ਕੀਤੀ ਗਈ। ਜਿਹੜੀ ਔਰਤ ਤੋਂ ਮੇਰੇ ਉੱਤੇ ਇਲਜ਼ਾਮ ਰੇਪ ਦੇ ਲਵਾਏ ਗਏ, ਦੋਸਤੋ ਮੈਂ ਇਹ ਜ਼ਰੂਰ ਕਹਿਣਾ ਚਾਹੂੰਗਾ ਔਨ ਰਿਕਾਰਡ ਸਾਰੀਆਂ ਗੱਲਾਂ, ਜੇ ਮੇਰਾ ਉਹਦੇ ਨਾਲ ਕੋਈ ਜਿਸਮਾਨੀ ਤਲਕਾਤ ਹੁੰਦਾ, ਕੋਈ ਬਲਗਰ ਮੈਸੇਜ, ਬਲਗਰ ਨਾ ਸੀ, ਕੋਈ ਇਸ਼ਾਰਾ ਕਰਦਾ, ਡਬਲ ਮੀਨਿੰਗ ਮੈਸੇਜ, ਕੋਈ ਆਡੀਓ, ਕੋਈ ਵੀਡੀਓ, ਕੁਛ ਤਾਂ ਦੱਸੋ ਯਾਰ ਵੀ ਆਹ ਤੇਰਾ ਹੈਗਾ। ਉਹ ਸਿਰਫ ਤੇ ਸਿਰਫ ਰਾਜਨੀਤਿਕ ਟੂਲ ਕੇ ਬੈਂਸ ਨੂੰ ਸਨੱਬ ਤੇ ਖਤਮ ਕਿਵੇਂ ਕਰਨਾ। ਤੁਹਾਡਾ ਭਰਾ ਜਿਹੜੀਆਂ ਗੱਲਾਂ ਤੁਸੀਂ ਮੇਰੇ ਲਈ ਬੋਲ ਰਹੇ ਹੋ, ਅਮ੍ਰਿਤਾ ਬ੍ਰਿੰਗ ਜੀ ਕਿਵੇਂ ਜਾਓਗੇ ਤੁਸੀਂ, ਤੁਸੀਂ ਲੋਕਾਂ ਦੇ ਦਰਵਾਜ਼ੇ ਖੋਲ ਦਿੱਤੇ ਸਿਮਰ ਬੈਂਸ ਵਾਸਤੇ। ਜਦੋਂ ਗੁਰਕੀਰਤ ਸਿੰਘ ਕੋਟਲੀ ਦੇ ਉੱਤੇ ਵਿਦੇਸ਼ੀ ਲੜਕੀ ਨੂੰ ਬਲਾਤਕਾਰ ਕਰਨ ਤੋਂ ਬਾਅਦ ਸਾਰੀ ਦੁਨੀਆਂ ਨੂੰ ਪਤਾ ਲੱਗ ਗਿਆ ਕਿ ਤੁਸੀਂ ਆਪਣੇ ਟੱਬਰ ਦੀਆਂ ਔਰਤਾਂ ਤੁਹਾਡੇ ਘਰੇ
ਮਾਂ, ਭੈਣ, ਭੂਆ, ਚਾਚੀ, ਤਾਈ, ਆਂਢ ਗੁਆਂਢ ਦੀਆਂ ਪਿੰਡ ਦੀਆਂ ਔਰਤਾਂ, ਕਿ ਉਹਨਾਂ ਤੇ ਪਾਬੰਦੀ ਲਾਈ ਸੀ? ਜਾਂ ਤੁਸੀਂ ਗੁਰਕੀਰਤ ਹੋਰਾਂ ਨੂੰ ਕਿਤੇ ਕਾਲੇ ਪਾਣੀ ਭੇਜਿਆ ਸੀਗਾ? ਯਾਰ ਗੱਲ ਕਰਨ ਲੱਗੇ ਤਹਿਜ਼ੀਬ ਤਾਂ ਚਾਹੀਦੀ ਹੈ ਨਾ, ਤੁਸੀਂ ਕਿਹੜੀਆਂ ਗੱਲਾਂ ਕਰਨ ਲੱਗ ਗਏ? ਮੈਂ ਤੁਹਾਨੂੰ ਸੁਨੇਹ ਵੀ ਭੇਜੇ ਵੀ ਬਿੱਟੂ ਏਦਾਂ ਦੀ ਰਾਜਨੀਤੀ ਚੰਗੀ ਨਹੀਂ, ਪਰ ਤੁਸੀਂ ਟਲੇ ਨਹੀਂ। ਤੁਸੀਂ ਮੈਨੂੰ ਜਿੰਨੀ ਵਾਰੀ ਕਾਲ ਕੀਤੀ ਹਰ ਵਾਰ ਤੁਸੀਂ ਆਪਣੇ ਹੱਥਕੰਡੇ ਵਰਤਣੋਂ ਨਹੀਂ ਹਟੇ। ਤੁਸੀਂ ਅਹੁਦਿਆਂ ਦਾ ਲਾਲਚ ਕਿ ਫਲਾਨਾ ਅਹੁਦਾ, ਫਲਾਨਾ ਅਹੁਦਾ, ਫਲਾਨਾ ਅਹੁਦਾ, ਤੁਸੀਂ ਵਾਈ ਪਲੱਸ ਸਿਕਿਉਰਿਟੀ ਦਾ ਲਾਲਚ, ਤੁਸੀਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਦੇ ਨਾਲ ਮੀਟਿੰਗ, ਮੇਰੇ ਕੋਲ ਉਹ ਵੀ ਆਡੀਓ ਤੁਹਾਡੀ ਹੈਗੀ ਆ, ਮੇਰੇ ਕੋਲ ਉਹ ਆਡੀਓ ਜਿਹੜਾ ਤੁਹਾਡਾ ਤੇ ਮੇਰਾ ਦੋਸਤ USA ਵਾਲਾ JP ਖਹਿਰਾ ਸਾਹਿਬ, ਮੇਰੇ ਕੋਲ ਉਹਨਾਂ ਦੀ ਰਿਕਾਰਡਿੰਗ ਵੀ ਆ ਕਿ ਬੈਂਸ ਸਾਹਿਬ ਤੁਸੀਂ ਇੱਕ ਵਾਰੀ, ਮੈਂ, ਬਿੱਟੂ ਤੇ JP ਖਹਿਰਾ ਤਿੰਨੋਂ ਜਾਣੇ, ਮਤਲਬ ਬੈਂਸ, ਬਿੱਟੂ ਤੇ JP ਖਹਿਰਾ ਅਮਿਤ ਸ਼ਾਹ ਦੇ ਨਾਲ ਮੀਟਿੰਗ ਕਰਾਂਗੇ, ਐਂਡ ਅਮਿਤ ਸ਼ਾਹ ਦੀ ਮੀਟਿੰਗ ਦੇ ਵਿੱਚ ਬਿੱਟੂ ਜੀ ਤੁਹਾਡੇ ਲਈ ਤੁਹਾਡੀ ਸਥਿਤੀ, ਤੁਹਾਡਾ ਅਹੁਦਾ ਉੱਥੇ ਤੈਅ ਕਰ ਦੂੰਗੀ। ਮੈਂ ਤੁਹਾਡੀ ਭਾਵਨਾ, ਤੁਹਾਡਾ ਰਿਸਪੈਕਟ ਬਰਕਰਾਰ ਰੱਖਿਆ। ਮੈਂ ਤੁਹਾਨੂੰ ਕਿਹਾ ਯਾਰ ਮੈਨੂੰ ਕਿਸੇ ਅਹੁਦੇ ਦਾ ਲਾਲਚ ਨਹੀਂ, ਮੈਨੂੰ ਵਾਈ ਪਲੱਸ ਦਾ ਲਾਲਚ ਨਹੀਂ। ਇਹ ਜਿਹੜੇ ਲੋਕਾਂ ਤੋਂ ਕੱਟੇ ਹੋਏ ਲੀਡਰ ਹੁੰਦੇ ਆ ਨਾ, ਸਿਕਿਉਰਿਟੀ ਉਹਨਾਂ ਨੂੰ ਚਾਹੀਦੀ ਹੈ ਵੀ ਲੋਕਾਂ ਨੂੰ ਪਤਾ ਲੱਗ ਜਾਵੇ ਵੀ 15-20 ਕਾਲੀਆਂ ਵਰਦੀਆਂ ਵਾਲੇ ਚੰਗੀਆਂ ਨਵੀਆਂ ਆਧੁਨਿਕ ਬੰਦੂਕਾਂ ਵਾਲੇ ਬੰਦੇ ਵੀ ਕੌਣ ਆ ਇਹ। ਗੁਰੂ ਦੀ ਕਿਰਪਾ, ਪੰਜਾਬ ਦੇ ਲੋਕਾਂ ਨੇ ਪਿਆਰ ਦਿੱਤਾ, ਬੈਂਸ ਦਾ ਕੱਦ ਲੋਕਾਂ ਨੇ ਬਣਾਇਆ, ਪੂਰੀ ਦੁਨੀਆਂ ਦੇ ਅੰਦਰ ਬੈਂਸ ਬ੍ਰਦਰ ਲੋਕਾਂ ਦੀ ਸ਼ਾਬਾਸ਼ੀ। ਅੱਗੇ ਤੁਸੀਂ ਇਹ ਜਦੋਂ ਸਾਰਾ ਕੁਛ ਨਹੀਂ ਚੱਲਿਆ ਤੇ ਤੁਸੀਂ ਤੁਰੇ ਕਿੱਧਰ ਨੂੰ? ਮੈਂ ਕਦੇ ਤੁਹਾਨੂੰ ਬੜਾ ਮਿਲਿਆ ਨਹੀਂ ਸੀ, ਪਰ ਮਿਲਣ ਤੋਂ ਬਾਅਦ ਮੈਂ ਤੁਹਾਡੇ ਲਈ, ਬਿੱਟੂ ਜੀ, ਇੱਕ ਗੁੱਸਾ ਨਾ ਮੇਰੀ ਗੱਲ ਦਾ ਕਰਿਓ, ਤੁਸੀਂ ਉਮਰ ਦੇ ਤਕਾਜੇ ਨਾਲ, ਅਹੁਦੇ ਦੇ ਤਕਾਜੇ ਨਾਲ 3 ਵਾਰ ਪਾਰਲੀਮੈਂਟ ਮੈਂਬਰ ਜਿਹੜੇ ਲੋਕ ਤੁਹਾਨੂੰ ਨਹੀਂ ਮਿਲੇ ਉਹ ਕਹਿੰਦੇ ਹੋਣਗੇ ਬੜਾ ਬੁੱਧੀਜੀਵੀ ਆ, ਤੇ ਜਿਹੜੇ ਤੁਹਾਨੂੰ ਮਿਲਦੇ ਆ ਤੁਸੀਂ ਬੜੇ ਸੂਟਡ ਬੂਟਡ ਪਰਸਨੈਲਟਡ, ਉਨੀ ਦੇਰ ਤੱਕ ਤੁਹਾਡੀ ਪਰਸਨੈਲਿਟੀ ਕਾਇਮ ਰਹਿੰਦੀ ਹੈ ਜਿੰਨੀ ਦੇਰ ਤੱਕ ਤੁਸੀਂ ਬੋਲਦੇ ਨਹੀਂ ਗੇ। ਜਦੋਂ ਤੁਸੀਂ 4 ਬੰਦਿਆਂ ਦੇ ਵਿੱਚ ਬੋਲਦੇ ਹੋ ਤੇ ਤੁਹਾਡਾ ਬੋਲਣ ਦਾ ਲਹਿਜਾ ਜਮਨ ਚਬੜ ਹੁੰਦਾ, ਇਮਚਿਓਰ, ਮਤਲਬ ਕਿਸੇ ਢੰਗ ਸਿਰ ਦੀ ਕੋਈ ਗੱਲ ਨਹੀਂ। ਮੈਂ ਤੁਹਾਨੂੰ ਮਿਲਣ ਤੋਂ ਬਾਅਦ ਅਬਜ਼ਰਵ ਕੀਤਾ, ਐਂਡ ਮੈਂ ਇਹ ਗੱਲ ਆਪਣੇ ਦੋਸਤਾਂ ਨਾਲ ਸ਼ੇਅਰ ਵੀ ਕੀਤੀ ਵੀ ਯਾਰ ਇੱਕ ਉਮਰ ਦਰਾਜ 40 ਸਾਲ ਤੋਂ ਉੱਤੋਂ ਦਾ 3 ਵਾਰ ਦਾ ਮੈਂਬਰ ਪਾਰਲੀਮੈਂਟ, ਉਹਨੂੰ ਤਾਂ ਪਤਾ ਹੀ ਨਹੀਂ ਲੱਗਦਾ ਵੀ ਮੈਂ ਬੋਲ ਕੀ ਰਿਹਾ। ਜਿੱਦਾਂ ਮੰਦ ਬੁੱਧੀ ਨਹੀਂ ਹੁੰਦੇ, ਚਵਲ ਗੱਲਾਂ ਮਾਰਨ ਵਾਲੇ ਹੁੰਦੇ। ਮੈਂ ਨਿੰਦਕ ਨਹੀਂ ਤੁਹਾਡਾ, ਮੈਂ ਰਿਸਪੈਕਟ ਕਰਦਾ, ਤੁਸੀਂ 3 ਵਾਰ ਦੇ ਸਾਡੇ ਪਾਰਲੀਮੈਂਟ ਮੈਂਬਰ, ਪੰਜਾਬ ਤੋਂ ਚੁਣ ਕੇ ਗਏ ਹੋ, ਲੋਕਤੰਤਰ ਦੇ ਅੰਦਰ ਵੋਟਾਂ ਦਾ ਮਹੱਤਵ ਹੁੰਦਾ, ਤੁਸੀਂ ਵੋਟਾਂ ਨਾਲ ਚੁਣ ਕੇ 3 ਵਾਰੀ ਪਾਰਲੀਮੈਂਟ ਮੈਂਬਰ ਬਣੇ। ਪਰ ਸੋਰੀ, ਮੈਨੂੰ ਇਹ ਸ਼ਬਦ ਇਸ ਲਈ ਬੋਲਣੇ ਪਏ ਮੰਦ ਬੁੱਧੀ ਤੇ ਚਵਲ, ਕਿਉਂਕਿ ਜਿਹੜਾ ਬੰਦਾ ਉਨੀ ਦੇਰ ਤੱਕ ਤੁਹਾਡੀ ਪੂਰੀ ਠੋਕਰ ਤੇ ਟੌਰ ਹੈ, ਜਦੋਂ ਤੁਸੀਂ ਬੋਲ ਪਏ ਤੇ ਗੀਰ ਮੱਝ ਪਾਣੀ ਦੇ ਵਿੱਚ ਤੁਹਾਡਾ ਪਤਾ ਲੱਗਦਾ ਵੀ ਤੁਸੀਂ ਕਿਹੜੀ ਕਰਤੂਤ ਦੇ ਹੋ। ਸੋ ਤੁਸੀਂ ਮੈਨੂੰ ਮਜਬੂਰ ਕਰ ਦਿੱਤਾ ਵੀ ਮੈਂ ਤੁਹਾਡੀਆਂ ਗੱਲਾਂ ਦਾ ਜਵਾਬ ਦਵਾਂ। ਤੁਹਾਡੇ ਕੋਲ ਕੋਈ ਮੁੱਦਾ ਨਹੀਂ ਹੈਗਾ, ਤੁਸੀਂ MP ਦੀ ਚੋਣ ਲੜ ਰਹੇ ਹੋ, 4th ਤੁਹਾਡੀ ਚੋਣ ਆ, ਨਾ ਤੁਹਾਡੇ ਕੋਲ ਕੋਈ ਮੁੱਦਾ, ਨਾ ਅਕਾਲੀਆਂ ਦੇ ਕੋਲ ਕੋਈ ਮੁੱਦਾ, ਤੇ ਨਾ ਝਾੜੂ ਕੰਪਨੀ ਦੇ ਕੋਲ ਕੋਈ ਮੁੱਦਾ। ਉਹਨਾਂ ਨੂੰ ਬੈਂਸ ਫੋਬੀਆ ਸਮੇਤ ਤੁਹਾਡੇ, ਤੁਹਾਨੂੰ ਜ਼ਿਆਦਾ ਹੋਇਆ ਹੋਇਆ ਬੈਂਸ ਫੋਬੀਆ ਹੋ ਗਿਆ, ਰਾਤ ਨੂੰ ਵੀ ਸੁਪਨਿਆਂ ਦੇ ਵਿੱਚ ਬੈਂਸ ਦੇ ਸੁਪਨੇ ਆਉਂਦੇ। ਕਦੇ ਪਾਰਲੀਮੈਂਟ ਦੀ ਚੋਣ ਲੜ ਰਿਹਾ ਬੰਦਾ ਮੁੱਦਿਆਂ ਦੀ ਗੱਲ ਕਰਦਾ? ਤੁਸੀਂ ਇੱਕ ਵਾਰੀ ਗੱਲ ਕਰ ਲਈ, ਦੈਟਸ ਆਲ, ਤੁਸੀਂ ਫਿਰ ਦੁਬਾਰਾ ਉਹੀ ਫੜ ਲਈ। ਇੱਥੋਂ ਸਾਫ਼ ਤੇ ਸਪੱਸ਼ਟ ਹੁੰਦਾ ਕਿ ਤੁਹਾਡੇ ਕੋਲ ਹੋਰ ਕੋਈ ਮੁੱਦਾ ਨਹੀਂ।
ਇਥੋਂ ਸਾਫ ਤੇ ਸਪਸ਼ਟ ਹੁੰਦਾ ਕਿ ਤੁਹਾਡੀ ਇਨਸਿਕਿਉਰਿਟੀ ਫੀਲਿੰਗ, ਅਸੁਰੱਖਿਅਤ ਮਹਿਸੂਸ ਕਰ ਰਹੇ ਹੋ ਤੁਸੀਂ, ਸ਼ਾਇਦ ਨਹੀਂ ਹੈਗੇ ਤੁਸੀਂ, ਤੁਸੀਂ ਅਸੁਰੱਖਿਅਤ ਮਹਿਸੂਸ ਕਰਦੇ ਹੋਏ ਫਰਸਟ੍ਰੇਸ਼ਨ ਦੇ ਵਿੱਚ, ਤੁਹਾਡੀ ਫਰਸਟ੍ਰੇਸ਼ਨ ਹਤਾਸ਼ਪੁਣਾ ਸਪਸ਼ਟ ਝਲਕਦਾ। ਉਹ ਹਤਾਸ਼ਪੁਣਾ ਕੀ ਹੈ, ਚਾਹੇ ਤੁਸੀਂ ਮੀਡੀਆ ਨੂੰ ਪੁੱਛ ਲਓ, ਜਨ ਸਧਾਰਨ ਆਮ ਲੋਕਾਂ ਨੂੰ ਪੁੱਛ ਲਓ, ਚਾਹੇ ਤੁਸੀਂ ਸਰਕਾਰੀ ਖੁਫੀਆ ਤੰਤਰ ਨੂੰ ਪੁੱਛ ਲਓ, ਤੁਸੀਂ ਕੇਂਦਰ ਦੀ ਖੁਫੀਆ ਤੰਤਰ ਨੂੰ ਪੁੱਛ ਲਓ ਵੀ ਤੁਹਾਡੇ ਪੱਲੇ ਕੀ ਰਹਿ ਗਿਆ। ਲੋਕ ਇਨਸਾਫ ਪਾਰਟੀ ਜਿਹੜੀ ਜੇਲ੍ਹ ਦੇ ਵਿੱਚ ਸੰਘਰਸ਼ ਕਰਦਿਆਂ ਜਨਮ ਲੈਂਦੀ ਹੈ, ਇਹ ਖੁਫੀਆ ਤੰਤਰ ਮੀਡੀਆ ਆਮ ਲੋਕ ਸਾਰੇ ਕਹਿੰਦੇ ਸੀਗੇ ਕਿ ਜਿੱਧਰ ਇਹ ਜਾਣਗੇ ਪਾਰਲੀਮੈਂਟ ਦਾ ਮੈਂਬਰ ਉਹੀ ਬਣੂੰਗਾ। ਤਾਂ ਮੈਨੂੰ ਕਾਂਗਰਸ ਪਾਰਟੀ ਦਾ ਮੁਹੱਬਤ ਦੀ ਦੁਕਾਨ ਵਾਲਾ ਪੈਗਾਮ ਪਸੰਦ ਹੈ, ਮੈਨੂੰ ਰਾਜਾ ਬੜਿੰਗ ਪੰਜਾਬ ਦੇ ਲੋਕਾਂ ਦੀ ਸੇਵਾ ਕਰਦਾ ਪਸੰਦ ਹੈ, ਮੈਨੂੰ ਰਾਜਾ ਬੜਿੰਗ 3 ਮਹੀਨੇ ਟ੍ਰੇਲਰ ਦਿਖਾਉਂਦਾ ਟਰਾਂਸਪੋਰਟ ਮੰਤਰੀ ਬਣ ਕੇ ਮੈਨੂੰ ਪਸੰਦ ਆ, ਮੈਨੂੰ ਭਾਰਤ ਭੂਸ਼ਣ ਆਸ਼ੂ ਮੈਨੂੰ ਚੰਨੀ ਪਸੰਦ ਆ, ਮੈਨੂੰ ਕਾਂਗਰਸ ਦੇ ਦਿੱਗਜ ਸੁਖੀ, ਮੈਨੂੰ ਸੁਖਪਾਲ ਖਹਿਰਾ, ਮੈਨੂੰ ਦਵਿੰਦਰ ਯਾਦਵ, ਮੈਨੂੰ ਇਹ ਸਾਰੇ ਦੋਸਤ ਇਸ ਕਰਕੇ ਪਸੰਦ ਹੈ ਕਿਉਂਕਿ ਪੰਜਾਬ ਦੇ ਹੱਕਾਂ ਦੀ ਲੜਾਈ ਲੜਦੇ ਆ, ਉਹ ਅਹੁਦਾ ਮਿਲ ਗਿਆ ਤੇ ਉਹਨੂੰ ਇੰਜੋਏ ਨਹੀਂ ਕਰਦੇ। ਮੈਂ ਫਿਰ ਤੁਹਾਡਾ ਜ਼ਿਕਰ ਨਹੀਂ ਕਰਨਾ, ਇੰਜੋਏ ਕਰਨ ਵਾਲੇ ਕਿਹੜੇ ਲੋਕ ਹੈਗੇ ਆ, ਤੇ ਤੁਸੀਂ ਮੈਨੂੰ ਰਿਕਾਰਡਿੰਗ ਦੇ ਵਿੱਚ ਬੋਲਦੇ ਕਿ ਉਹ ਇਦੋਂ ਅਗਲੀ ਰਿਕਾਰਡਿੰਗ ਵੀ ਤੁਹਾਨੂੰ ਸੁਣਾਊਂਗਾ ਦੋਸਤੋ। ਬੋਲਦਿਆਂ ਪਿਆ ਸੀ ਯਾਰ ਮੈਂ ਜਿੱਤ ਕੇ ਚਲਿਆ ਜਾਣਾ, ਮੈਂ ਕੀ ਲੈਣਾ ਦੇਣਾ ਹਲਕੇ ਤੋਂ, ਮੈਂ ਤਾਂ ਦਿੱਲੀ ਰਹਿਣਾ। ਉਹ ਦੁਰ ਫਿੱਟੇ ਮੂੰਹ ਤੁਹਾਡੇ ਇਹੋ ਜਿਹੇ ਕਾਰਨਾਮੇ ਕਰਦਿਆਂ ਦੇ, ਐਡਾ ਨਿਰਾਦਰ ਕਰਦੇ ਤੁਸੀਂ ਵੋਟ ਦਾ। ਤੁਸੀਂ ਇਹ ਗੱਲਾਂ ਮੈਂ ਦੂਜੀ ਆਡੀਓ ਭੇਜੂਗਾ ਜਿਹਦੇ ਵਿੱਚ ਤੁਸੀਂ ਇਹ ਗੱਲਾਂ ਬੋਲਦੇ ਹੋ ਵੀ ਤੁਸੀਂ ਇੱਥੇ ਮੇਅਰ ਬਣਾਓ, ਤੁਸੀਂ ਐਮਐਲਏ ਦੀਆਂ ਟਿਕਟਾਂ ਵੰਡੋ, ਤੁਸੀਂ ਕੌਂਸਲਰ ਬਣਾਓ। ਆਹ ਤੁਹਾਡੇ ਮੂਹਰੇ ਬੰਨੇ ਹੱਥ, ਜੇ ਤੁਸੀਂ ਕਿੱਕਰਾਂ ਨਾ ਬੀਜੀਆਂ ਹੁੰਦੀਆਂ ਨਾ 10 ਸਾਲ, ਤੇ ਕਿੱਕਰਾਂ ਬੀਜਣ ਤੋਂ ਬਾਅਦ ਭਾਲਦੇ ਕੀ ਹੋ, ਬੀਜਿਆਂ ਤੁਸੀਂ 10 ਸਾਲ ਦੇ ਸਮੇਂ ਦੇ ਵਿੱਚ ਕਿੱਕਰਾਂ, ਤੇ ਅੱਜ ਇਹ ਬੀਜੇਪੀ ਜੇ ਭਾਲਦੇ ਹੋ ਵੀ ਉਹ ਕਿੱਕਰਾਂ ਤੋਂ ਤੁਹਾਨੂੰ ਦਾਖਾਂ ਦੇ ਸ਼ੁਹਾਰੇ ਮਿਲ ਜਾਣ, ਨਹੀਂ ਮਿਲਣੇ। ਇਹ ਬੈਂਸ ਨਹੀਂ ਬੋਲਦਾ, ਇਵਾਮ ਬੋਲਦਾ। ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੜਦਾ ਅਸੀਂ ਦੂਨ ਸਵਾਏ ਹੋਏ। ਬੈਂਸ ਤੇ 30 ਮੁਕੱਦਮੇ ਬਿੱਟੂ ਸਾਹਿਬ, ਤੇ ਹਰ ਸਾਲ 5-4 ਮੁਕੱਦਮਿਆਂ ਚੋਂ ਪਾਕ ਸਾਹਿਬ ਬਰੀ ਹੋ ਕੇ ਘਰੇ ਆਉਂਦਾ। ਇਲਜ਼ਾਮ ਲਾਉਣੇ ਬੜੇ ਸੌਖੇ ਆ, ਅਦਾਲਤੀ ਪ੍ਰਕਿਰਿਆ ਦੇਸ਼ ਦੇ ਅੰਦਰ, ਤੇ ਉਹ ਪ੍ਰਕਿਰਿਆ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਦੀ ਹੈ, ਸੱਤ ਤੇ ਝੂਠ ਦਾ ਨਿਤਾਰਾ ਕਰਦੀ ਹੈ, ਗੁਨਾਹਗਾਰ ਦਾ ਤੇ ਬੇਕਸੂਰੇ ਦਾ ਨਿਤਾਰਾ ਕਰਦੀ ਹੈ। ਸੋ ਮੈਂ ਤੁਹਾਨੂੰ ਇਹ ਗੱਲ ਦਾਅਵੇ ਨਾਲ ਕਹਿਣ ਲੱਗਿਆ ਕਿ ਮੈਂ ਪਾਕ ਸਾਹਿਬ ਸੀ, ਹਾਂ ਤੇ ਰਵਾਂਗਾ, ਮਾਨਯੋਗ ਅਦਾਲਤ ਤੇ ਰੱਬ ਦਾ ਭਰੋਸਾ। ਪਰ ਅੱਜ ਮੈਨੂੰ ਇਹ ਤੁਹਾਡੀਆਂ ਗੱਲਾਂ ਦਾ ਜਵਾਬ ਦੇਣ ਲਈ ਇਸ ਕਰਕੇ ਮਜਬੂਰ ਹੋਣਾ ਪਿਆ, ਤੁਸੀਂ ਹਟਦੇ ਨਹੀਂ ਸੀ। ਮੈਨੂੰ ਦੁੱਖ ਲੱਗਿਆ ਕਿ ਮੈਂ ਆਪਣੇ ਪੰਜਾਬ ਦੇ ਇੱਕ ਸੀਨੀਅਰ ਮੈਂਬਰ ਪਾਰਲੀਮੈਂਟ ਦੇ ਖਿਲਾਫ ਏਦਾਂ ਦੇ ਲਫ਼ਜ਼, ਮੰਦ ਬੁੱਧੀ, ਚਵਲ, ਮੈਨੂੰ ਏਦਾਂ ਦੇ ਸ਼ਬਦ ਬੋਲਣੇ ਪਏ। ਮੈਂ ਤੁਹਾਡੀ ਲਿਆਕਤ ਦਾ ਬੜਾ ਕਦਰਦਾਨ ਹੁੰਦਾ ਸੀ, ਪਰ ਜਦੋਂ ਤੁਹਾਨੂੰ ਮਿਲ ਲਿਆ ਤੇ ਮਿੱਟੀ 'ਚ ਮਿਲ ਗਈ ਸਾਰੀ। ਸੋ ਦੋਸਤੋ, ਬਹੁਤ ਬਹੁਤ ਧੰਨਵਾਦ ਬਿੱਟੂ ਜੀ ਮੇਰੀ ਗੱਲ ਦਾ। ਕਾਈਂਡਲੀ ਜੇ ਮੈਂ ਕੋਈ ਤੁਹਾਨੂੰ ਸ਼ਬਦ ਵੱਧ ਘੱਟ ਬੋਲ ਗਿਆ ਹਾਂ ਤੇ ਉਹਦਾ ਗੁੱਸਾ ਨਾ ਕਰਿਓ। ਮੈਂ ਅਗਲੀ ਆਡੀਓ, ਤੁਸੀਂ ਫਿਰ ਆਇਓ ਮੈਦਾਨ ਦੇ ਵਿੱਚ, ਤੁਹਾਨੂੰ ਅਗਲੀ ਆਡੀਓ ਫਿਰ ਪਬਲਿਕ ਕਰਕੇ ਫਿਰ ਲਾਈਵ ਹੋਊਗਾ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰੀ, ਆਡੀਓ ਮੈਂ ਜਿਹੜੀ ਆਪਣੇ ਪੇਜ ਤੇ ਵੀ ਪਾ ਦੇਣੀ ਆ ਤੇ ਮੈਂ ਤੁਹਾਨੂੰ ਸੁਣਾਉਣ ਵੀ ਲੱਗਿਆ। ਇਹ ਜੇ ਕੋਈ ਬੰਦਾ ਜਿਵੇਂ ਬਿੱਟੂ ਜੀ ਕਹਿੰਦੇ ਸੀ ਇਹ ਐਡਿਟ ਕੀਤੀ ਹੋਈ ਆ, ਮੇਰੇ ਤੇ ਮੁਕੱਦਮਾ ਦਰਜ ਹੋਵੇ, ਬਿੱਟੂ ਜੀ ਸਵੇਰੇ ਜਾ ਕੇ ਪੁਲਿਸ ਕਮਿਸ਼ਨਰ ਜਾਂ DGP ਪੰਜਾਬ ਨੂੰ ਇਹ ਆਡੀਓ ਰਿਕਾਰਡਿੰਗ ਦੇ ਕੇ ਆਓ। ਜੇ ਇਹਦੇ ਵਿੱਚ ਐਡੀਟਿੰਗ ਹੋਵੇ ਕੋਈ ਤੇ ਤੁਰੰਤ ਮੇਰੇ ਤੇ FIR ਦਰਜ ਹੋਣੀ ਚਾਹੀਦੀ ਹੈ।
ਤੇ ਜੇ ਫਿਰ ਮੈਂ ਉਹੀ ਕਹਿਣ ਲੱਗਾ ਵੀ ਜੇ ਤੁਹਾਡੀ ਚਵਲ ਨਿਕਲੀ, ਤੁਹਾਡੀ ਮੰਦਬੁੱਧੀ ਵਾਲੀ ਇਹ ਗੱਲ ਨਿਕਲੀ, ਤੇ ਫਿਰ ਤੁਸੀਂ ਆਪਣੇ ਲਈ ਤੈਅ ਕਰੋ ਵੀ ਤੁਹਾਡਾ ਹਾਲ ਤੇ ਹਸ਼ਰ ਪੰਜਾਬ ਦੇ ਲੋਕ ਖਾਸ ਕਰਕੇ ਲੁਧਿਆਣਾ ਦੇ ਵੋਟਰ ਕਰਨਗੇ ਕੀ। ਆਹ ਦੋਸਤੋ ਜਿਹੜੀ ਆਡੀਓ ਆ, ਸੋ ਆ ਮੈਂ ਜਿਹੜੀ ਆਡੀਓ ਤੁਹਾਨੂੰ ਟ੍ਰੇਲਰ ਸੁਣਾ ਦਿੱਤਾ, ਇਹ ਮੈਂ ਆਪਣੇ ਪੇਜ ਤੇ ਪਾ ਦੇਣੀ ਆ ਤੇ ਸਾਰੇ ਜਾਣੇ ਸੁਣ ਕੇ ਪੰਜਾਬ ਦੇ ਲੋਕੋ, ਮੀਡੀਆ ਵਾਲੇ ਦੋਸਤੋ, ਨਿਤਾਰਾ ਕਰਿਓ ਸੱਚ ਕਿੱਥੇ ਆ ਤੇ ਝੂਠ ਕਿੱਥੇ ਆ।